ਗਲਤ ਵੀ ਹੋ ਜਾਂਦਾ ਹੈ, ਕੋਈ ਬੜੀ ਗੱਲ ਨਹੀਂ ਹੈਗੀ ਇਹ, ਪਰ ਇਹ ਨਹੀਂ ਹੈਗਾ ਸਾਡਾ ਹਾਲੇ ਟਾਈਮ ਖਤਮ ਹੋ ਗਿਆ। 3 ਸਾਲ ਪਏ ਆ ਸਾਡੇ ਤੁਹਾਡੀ ਦੇ ਸਰਕਾਰ ਨੂੰ, ਇੱਕ ਜਿਹੜੇ ਕੰਮ ਕਰਦਾ ਗਲਤੀ ਹੁੰਦੀ ਆ, ਹੋਗੀ ਹੋਗੀ ਕਈ, ਪਰ ਇਹ ਨਹੀਂ ਹੈਗਾ। ਅੱਜ ਵੀ ਅਸੀਂ ਪਿੰਡਾਂ 'ਚ ਖੜੇ ਆ, ਪਿੰਡਾਂ 'ਚ ਜਾ ਕੇ ਆਉਂਦੇ ਆ ਮੇਰੇ ਵੀਰੋ, ਇਹ ਕੋਈ ਪਹਿਲਾ ਪਿੰਡ ਮਿੱਤਰਾ ਬੋਲੋ ਯਾਰ, ਪਹਿਲਾ ਪਿੰਡ ਨਹੀਂ ਸਾਡਾ ਇਹ, ਅਸੀਂ ਪਤਾ ਨਹੀਂ 200 ਤੋਂ ਪਲੱਸ ਪਿੰਡ ਕੱਢ ਚੁੱਕੇ ਹਾਂ, ਸਾਨੂੰ ਰੋਜ਼ ਲੋਕਾਂ ਨੇ ਜਾਂਦੇ ਆ। ਜੇ ਅਸੀਂ ਕੰਮ ਕਰੇ ਆ, ਕੰਮ ਲੈ ਕੇ ਜਾ ਰਹੇ ਆ ਅਸੀਂ ਪਿੰਡਾਂ 'ਚ, ਸੁੱਖੇ ਦੇ ਆ ਖਰੀਦੇ ਹੋਏ ਆ, ਨਸ਼ਾ ਇਹਨਾਂ ਨੇ ਖੁਦ ਕੀਤਾ ਹੋਇਆ, ਬੋਲਦੇ ਆ ਅਸੀਂ ਰੋਡ ਰੋਕ ਕੇ ਗਰਦੌਰੀ ਕਰਾਈ ਆ, ਉਹ ਕਹਿੰਦੇ ਪੈਸੇ ਪੈ ਕੇ ਪੈਸਾ ਕਿਸੇ ਨੂੰ ਨਹੀਂ ਮਿਲਿਆ। ਸਿਕਿਉਰਿਟੀ ਮਿਲੀ ਵੀ ਆ, ਠੀਕ ਹੈ ਜੀ, ਹੁਣ ਏਦਾਂ ਦੇ ਕੰਮ ਕਰਕੇ ਉਹਨਾਂ ਨੂੰ ਸਿਕਿਉਰਿਟੀਆਂ ਮਿਲਦੀਆਂ, ਉਹਨਾਂ ਨੂੰ ਕਾਹਦੀ ਜਾਣ ਦਾ ਖਤਰਾ ਹੈ। ਮੇਰੀ ਗੱਲ ਸੁਣੋ, ਹੁਣ ਇਹਦਾ ਜਵਾਬ ਦੇ ਦਿਓ, ਤੁਸੀਂ ਦੱਸ ਰਹੇ ਹੋ ਮੈਨੂੰ ਇਹਦੀ ਨੌਲੇਜ ਨਹੀਂ, ਹਾਂਜੀ, ਪਰ ਸਾਡੀ ਸਰਕਾਰ ਨੇ ਜਿੰਨਾ ਕੰਮ ਸਾਡੀ ਸਰਕਾਰ ਨੇ ਬੇਅਦਬੀਆਂ ਦੇ ਖਿਲਾਫ ਕੀਤਾ, ਪੁਰਾਣੀਆਂ ਸਰਕਾਰਾਂ ਨੂੰ ਦੱਸੋ ਜੀ ਬਾਦਲਾਂ ਨੇ ਕੀ ਕੀਤਾ, ਕਿੱਦਾਂ ਮੇਰੀ ਗੱਲ ਮੇਰੀ ਗੱਲ ਮੇਰੀ ਗੱਲ ਮੇਰੀ ਗੱਲ ਸਿਕਿਉਰਿਟੀ ਤਾਂ ਹੁਣ ਮਿਲੀ ਆ, ਇਹ ਸਾਲ ਹੋਇਆ ਬਾਦਲਾਂ ਨੂੰ ਫੜ ਕੇ ਅੰਦਰ ਦਿਓ, ਜਾਂ ਤੁਸੀਂ ਆਪਣੇ ਮੂੰਹ ਤੇ ਕਹਿ ਰਹੇ ਵੀ ਬਾਦਲਾਂ ਨੇ ਕਰਵਾਈ ਹੈ, ਤੁਸੀਂ ਉਹਨਾਂ ਨੂੰ ਅੰਦਰ ਦਿਓ। ਇਹ ਹੁਣ ਬੰਦੇ ਬੇਅਦਬੀ ਕਰਕੇ ਸਿਕਿਉਰਟੀਆਂ ਦਿੰਦੇ ਉਹਨਾਂ ਨੂੰ, ਚਾਰ ਚਾਰ ਉਹਨਾਂ ਨਾਲ ਗਨਮੈਨ ਲਾਏ, ਉਹਨਾਂ ਨਾਲ ਗਨਮੈਨ ਦਾ ਕਿਆ ਕੰਮ ਹੈ ਭਾਈ, ਉਹ ਬੇਅਦਬੀਆਂ ਕਰਕੇ ਲਲਕਾਰੇ ਮਾਰਦੇ ਆ ਵੀ ਅਸੀਂ ਕਰੀ ਆ ਭਾਈ, ਉਹਨਾਂ ਨੂੰ ਗਨਮੈਨ ਦੇਣ ਦਾ ਕਿਆ ਮਤਲਬ। ਹੁਣ ਮੈਂ ਸਵਾਲ ਪੁੱਛਿਆ, ਮੈਨੂੰ ਕਹਿੰਦੇ ਬਸ ਟਾਲ ਮਟੋਲ ਕਰਕੇ ਭੱਜਦੇ ਬਣੇ, ਆਹ ਦੇਖ ਲਓ ਹੁਣ ਤੁਸੀਂ ਇਹਨਾਂ ਦੇ ਹਾਲ ਦੇਖ ਲਓ।